ਫਿਰੋਜ਼ਪੁਰ ਕੈਂਟ ਦੇ ਵਿੱਚ ਨੈਸ਼ਨਲ ਹਾਈਵੇ ਦੇ ਉੱਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਵੱਡੇ ਪੱਧਰ ਦਾ ਪ੍ਰਦਰਸ਼ਨ ਕੀਤਾ ਗਿਆ। ਕੇਂਦਰ ਸਰਕਾਰ ਦੇ ਖਿਲਾਫ ਉਹਨਾਂ ਦੇ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ। ਉਧਰ ਇਸ ਮੌਕੇ ਦੇ ਉੱਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨੇ ਕਿਹਾ ਕਿ ਇਹ ਜਿਹੜੇ ਕਾਨੂੰਨ ਪਾਸ ਕੀਤੇ ਗਏ ਨੇ ਇਹ ਕਿਸਾਨ ਵਿਰੋਧੀ ਕਾਨੂੰਨ ਨੇ, ਜਿਸ ਦੇ ਨਾਲ ਕਿਸਾਨਾਂ ਦਾ ਕਦੇ ਵੀ ਫਾਇਦਾ ਨਹੀਂ ਹੋ ਸਕਦਾ। ਜਿਸ ਦੇ ਚੱਲਦਿਆਂ ਉਹ ਕੇਂਦਰ ਸਰਕਾਰ ਦੇ ਅੱਗੇ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਨੇ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਇਹਨਾਂ ਕਾਨੂੰਨਾਂ ਨੂੰ ਵਾਪਸ ਨਹੀਂ ਲਿਆ ਜਾਂਦਾ ਤਾਂ ਉਹ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਕਰਨਗੇ। ਅਪੀਲ ਤੇ ਜਿਹੜੇ ਟਰੈਕ ਛੱਡ ਕੇ ਪਲੇਟਫਾਰਮਾਂ ਦੇ ਕੋਲ ਸਾਡੀਆਂ ਜਥੇਬੰਦੀਆਂ ਬੈਠੀਆਂ, ਲੇਕਿਨ ਅਸੀਂ ਇਹਨੂੰ 5 ਤਰੀਕ ਤੱਕ ਮੁਲਤਵੀ ਕੀਤਾ ਫਿਰੋਜ਼ਪੁਰ ਟੈਂਕਾਂ ਵਾਲੇ ਫੜਕ ਤੋਂ। ਹੁਣ ਆਉਣ ਵਾਲੇ ਦਿਨਾਂ 5 ਤਰੀਕ ਤੋਂ ਬਾਅਦ ਅਸੀਂ ਆਪਣੀ ਕੋਰ ਕਮੇਟੀ ਦੀ ਮੀਟਿੰਗ ਲਾ ਕੇ 5 ਨਵੰਬਰ ਤੋਂ ਫਿਰ ਅਸੀਂ ਸ਼ੁਰੂ ਕਰ ਦਿਆਂਗੇ, ਟਰੈਕ ਰੋਕ ਲਾਂਗੇ। ਸਿਰਫ ਇਹ ਪੰਜਾਬ ਦੀ ਅਪੀਲ ਤੇ ਖਾਦ ਐਨਰਜੀ ਦੇ ਸਾਡੇ ਕਿਸਾਨ ਨੇ, ਮਜ਼ਦੂਰ ਆ, ਖਾਦ ਦੀ ਘਾਟ ਆ, ਕੋਲੇ ਦੀ ਘਾਟ ਆ, ਉਹਨਾਂ ਦੀ ਅਪੀਲ ਤੇ ਛੱਡ ਦਿੱਤਾ। ਲੇਕਿਨ ਆਉਣ ਵਾਲੇ ਦਿਨਾਂ 'ਚ ਅਸੀਂ ਕੋਰ ਕਮੇਟੀ ਦੀ ਮੀਟਿੰਗ ਲਾ ਕੇ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ। ਇਸ ਨਾਲ ਹੀ ਬੀਜੇਪੀ ਨੇਤਾ ਜੇਪੀ ਨੱਡਾ ਦੇ ਦੁਆਰਾ ਦਿੱਤੇ ਗਏ ਬਿਆਨ ਨੂੰ ਲੈ ਕੇ ਵੀ ਕਿਸਾਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਨੇ ਇਸ ਬਿਆਨ ਦੀ ਨਿੰਦਿਆ ਕੀਤੀ ਹੈ ਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਦੂਜੀ ਗੱਲ, ਜਿਹੜਾ ਜੇਪੀ ਨੱਡਾ ਦੀ ਮੈਂ ਗੱਲ ਕਰਾਂ, ਰਾਤ ਦਾ ਚੈਨਲ ਦੇ ਉੱਤੇ ਬੋਲੀ ਜਾਂਦਾ ਸੀ, ਕਹਿੰਦਾ ਵਿਚੋਲੀਆ ਸਾਰੇ ਨੇ, ਤੇ ਜੁੱਤੀਆਂ ਕੱਢਣ ਵਾਲੇ ਤੋਂ ਲੈ ਕੇ ਸੈਲਰ ਵਾਲੇ ਤੱਕ ਸਾਦਾ ਸੁਹਾਗਾ ਵੱਜਣਾ ਇਹਨਾਂ ਕਾਨੂੰਨਾਂ ਨਾਲ, ਗਾਲੇ ਕਾਨੂੰਨਾਂ ਨਾਲ, ਤੇ ਉਹ ਆਖੀ ਜਾਂਦਾ ਅੱਗੇ ਅੜ ਗਿਆ। ਮੈਂ ਵੇਖਣ ਡਿਆ ਰਾਤੀ ਡਿਬੇਟ, ਵੇਖੋ ਰਾਤ ਨੂੰ ਸਾਨੂੰ 12 ਵਜੇ ਕਿਸਾਨ ਨੂੰ ਲੋੜ ਪੈ ਜਾਏ, ਹਰ ਜਿਹਾ ਸਾਨੂੰ ਪੈਸੇ ਦਿੰਦਾ, ਤਾਂ ਜਦੋਂ ਵਪਾਰੀ ਦੇ ਕਿੱਥੋਂ ਪੂਛ ਫੜਾਂਗੇ, ਵਪਾਰੀ ਖਰੀਦੂ ਮਾਲ ਭਾਜੂ, ਵਪਾਰੀ ਕੋਲੋਂ ਹੀ ਕੀ ਲੈ ਲਾਂਗੇ। ਇਹ ਆੜ ਕਿਸਾਨ ਦਾ ਅਤੇ ਆੜ ਜੀ ਦਾ ਨੌ ਮਾਜ ਦਾ ਰਿਸ਼ਤਾ ਹੈ ਜੋ ਸਾਡੇ ਨਾਲ ਜੁੜਿਆ ਸਦੀਆਂ ਤੋਂ ਲੈ ਕੇ, ਅਤੇ ਉਹਦਾ ਬਿਆਨ ਜਿਹੜਾ ਹੈ ਉਹਨੂੰ ਅਸੀਂ ਉਹਦੀ ਨਿਖੇਧੀ ਕਰਦੇ ਹਾਂ। ਜੇਪੀ ਨੱਡਾ ਦੇ ਬਿਆਨ ਦੀ ਉਹਦੀ ਬਹੁਤ ਬਹੁਤ ਨਿਖੇਧੀ ਕਰਦੇ ਹਾਂ। ਨਜ਼ਦੀਕ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਲੈ ਕੇ ਹੁਣ ਅੱਗੇ ਕੀ ਫੈਸਲਾ ਲੈਂਦੀ ਹੈ। ਜੀਰੋ ਰਿਪੋਰਟ, ਸਕਾਈ ਨਿਊਜ਼ ਪੰਜਾਬ।